ਇਹਨਾਂ 2000 ਰੁਪਏ ਦਾ ਨੋਟ ਅੱਜ ਤੜਕਿਓਂ ਪਤਾ ਲੱਗਾ ਜੀ ਇਹ ਬੰਦ ਕਰ ਦਿੱਤਾ ਗਿਆ ਇਹਦੇ ਪਿੱਛੇ ਕੀ ਕਾਰ ਰਹੀ ਹੈ ਕਰਨਾ ਕਿ ਪਹਿਲਾਂ ਹੀ ਆਰਡਰ ਕਰਤਾ ਸੀ ਕਹਿੰਦੇ ਛਾਪ ਨਹੀਂ ਰਹੇ ਸੀ ਅਸਲ ਮਕਸਦ ਇਹਦੇ ਵਿੱਚ ਇਹ ਸੀ ਕਿ ਕਾਲਾ ਧਨ ਕਿਵੇਂ ਕੰਟਰੋਲ ਕਰਨਾ ਹੁਣ ਕਾਲਾ ਧਨ ਛੋਟੇ ਆ ਨੋਟਾਂ ਰਾਹੀਂ ਬੰਦ ਕਰਕੇ بڑا ਨੋਟ ਲਿਆ ਕੇ ਤਾਂ ਸਮਝ ਕਾਲਾ ਧਨ ਹੋਰ ਪੈਦਾ ਕਰਦਾ ਕਿਉਂਕਿ ਰਿਸ਼ਵਤ ਰਣੀ ਸੌਖੀ ਹੋ ਗਈ ਸੀ ਇਹ ਅਜੇ ਤੱਕ ਇਸ ਗੱਲ ਨੂੰ ਦੱਸਣ 'ਚ ਸਫਲ ਹੀ ਨਹੀਂ ਹੋਏ ਕਿ ਆਖਰ ਤੁਸੀਂ ਨੋਟਬੰਦੀ ਕੀਤੀ ਕਿਉਂ ਸੀ ਹੂੰ ਹੂੰ ਅਦਾਲਤ ਵਿੱਚ ਤੱਕ ਵੀ ਗਿਆ ਸੁਪਰੀਮ ਕੋਰਟ ਤੱਕ ਵੀ ਗਿਆ ਹਾਲਾਂਕਿ ਚਲੋ ਉਹਨਾਂ ਨੇ ਉਹ ਪਟੀਸ਼ਨ ਖਾਰਜ ਕਰ ਦਿੱਤੀ ਪਰ ਇਹਦਾ ਕਾਰਨ ਹਲੇ ਤੱਕ ਨਹੀਂ ਦੱਸ ਸਕੇ ਕਿ ਨੋਟਬੰਦੀ ਕੀਤੀ ਕਿਉਂ ਸੀ ਤੇ ਇਹਦਾ ਜਿਹੜਾ ਇਹਨਾਂ ਨੂੰ ਕੋਈ ਫਾਇਦਾ ਵੀ ਮਿਲਿਆ ਦੇਸ਼ ਨੂੰ ਕੋਈ ਫਾਇਦਾ ਮਿਲਿਆ ਕਿਉਂ 스위ਟਜਲੈਂਡ ਦੇ ਵਿੱਚ ਹਜੇ ਵੀ ਪਤਾ ਨਹੀਂ ਜੀ ਕਿੰਨਾ ਕੁ ਪੈਸਾ ਪਿਆ ਹੈ ਅੱਛਾ ਦੂਸਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਐ ਜਿਵੇਂ ਨਿਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਐ ਪਰ ਹੈਰਾਨੀ ਇਹ ਹੋਈ ਐ ਵੋਟਾਂ ਬਹੁਤ ਘੱਟ ਪਈਆਂ 54% ਵੋਟ ਹੀ ਪਈ ਇਹ ਘੱਟ ਪਰਸੈਂਟੇਜ ਵਾਲੀ ਹਰਾਨੀ ਹੈਗੀ ਹੈਗੀ ਆ ਦੂਸਰੀ ਹਰਨੀ ਵੀ ਇਸ ਗੱਲ ਦੀ ਆ ਕਿ ਆਮ ਆਦਮੀ ਪਾਰਟੀ ਜਿੱਤ ਕਿਵੇਂ ਗਈ ਗੱਲ ਇਹ ਸੀਗੀ ਪਈ ਇਹਨਾਂ ਨੇ ਧਮਕਾਇਆ ਬਹੁਤ ਹੂੰ ਹੂੰ ਡਰਾਇਆ ਬਹੁਤ ਗਰਾਊਂਡ ਲੈਵਲ ਤੋਂ ਲੈ ਕੇ ਅਫਸਰ ਸ਼ਾਹੀ ਤੱਕ ਜੇ ਕੋ ਜੇ ਆ ਬਿਜਲੀ ਬੋਰਡ ਚ ਸੀਵਰੇਜ ਬੈਕ ਵਿੱਚ ਹੋਰ ਕਹੇ ਚ ਐਸਡੀਓ ਆ ਉਹਨੂੰ ਡਰਾਇਆ ਤੇਰੇ ਇਲਾਕੇ ਦੇ ਵਿੱਚੋਂ ਜੇ ਵੋਟ ਘਟ ਕੇ ਤੇ ਦੇਖ ਲਈ ਇੱਥੋਂ ਤੱਕ ਕੇ ਸਰਪੰਚਾਂ ਪੰਚਾਂ ਨੂੰ ਵੀ ਧਮਕਾਇਆ ਕਿ ਜੇ ਤੇਰੇ ਪਿੰਡੋਂ ਵੋਟ ਘਟ ਗਈ ਇਹ ਤੇਰੀਆਂ ਜਿਹੜੀਆਂ ਪੁਰਾਣੀਆਂ ਕੋਈ ਵੀ ਕਿਉਂਕਿ ਦੇਖੋ ਹਰ ਸਰਪੰਚ ਦੇ ਕੋਲ ਫੰਡਾਂ ਦਾ ਤਾਂ ਕੰਮ ਚੱਲਦਾ ਹੀ ਰਹਿੰਦਾ ਨਾ ਜੀ ਹੂੰ ਹੂੰ ਕਿੰਨੇ ਕੋ ਕਰ ਜਾਂਦੇ ਇਧਰ ਉਧਰ ਕਾਲਾ ਮਾਲਾ ਚਾਹੇ ਆਨਲਾਈਨ ਸਭ ਕੁਝ ਹੋਇਆ ਆ ਫਿਰ ਵੀ ਮੜਾ ਮੋਟਾ ਹੁੰਦਾ ਹੀ ਰਹਿੰਦਾ ਤੇ ਉਹਨਾਂ ਨੂੰ ਇਸ ਗੱਲ ਤੋਂ ਡਰਾਇਆ ਪੇ ਜੇ ਵੋਟ ਕੱਟ ਗਈ ਤਾਂ ਤੁਹਾਡੀਆਂ ਫਾਈਲਾਂ ਖੁੱਲ ਜਾਣੀਆਂ ਅਮਰਪਾਲ ਸਿੰਘ ਫੈਕਟਰ ਹਾਲੇ ਵੀ ਕੰਮ ਕਰ ਰਹੇ ਆ ਹਾਂ ਦੇਖੋ ਜੀ ਉਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਪੇ ਉਹਦਾ ਕੋਈ ਵੱਡਾ ਐਨਐਸਏ ਵਾਲਾ ਕਾਰਨ ਹੈ ਨਹੀਂ ਸੀ ਹੂੰ ਜਦੋਂ ਉਹਨੂੰ ਫੜਨਾ ਸੀਗਾ ਉਦੋਂ ਫੜਿਆ ਨਹੀਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਤਾ ਕਿ ਪਤਾ ਨਹੀਂ ਕਿੱਡਾ ਵੱਡਾ ਅਪਰਾਧੀ ਸੀ ਉਹ। The Heart Gender Thin Show। ਅ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਸਰਵਰਵਤਾਰ ਸਿੰਘ ਸ਼ੇਰਗਿੱਲ ਖੁਰਾਨੇ ਅਜੀਤ ਅਖਬਾਰ ਰਹੀਮ ਬਤੌਰ ਸੀਨੀਅਰ ਐਡੀਟਰ ਜਿਹੜੀ ਸੇਵਾ ਨਿਭਾਈਆ ਤੇ ਨਿਭਾ ਰਹੇ ਹਨ ਔਰ ਉਸ ਦੇ ਵਿੱਚ ਬਹੁਤ ਮਹੱਤਵਪੂਰਨ ਖਬਰਾਂ ਨੂੰ ਕਿਵੇਂ ਪ੍ਰੈਜ਼ੈਂਟ ਕਰਨਾ ਹੈ ਔਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਪੰਜਾਬ ਦੇ ਲੋਕਾਂ ਦੀ ਪਲਸ ਤੇ ਹੱਥ ਰੱਖਣਾ ਸੋ ਅੱਜ ਜੋ ਸਾਡੇ ਸਟੂਡੀਓਸ ਚ ਨੇ ਅਸੀਂ ਉਹਨੂੰ ਇਨਵਾਈਟ ਕੀਤਾ ਤਾਂ ਕਿ ਸਾਨੂੰ ਉਹ ਪੰਜਾਬ ਦੇ ਜਿਹੜੀਆਂ ਖਬਰਾਂ ਅਸੀਂ ਸੁਣਦੇ ਪੜ੍ਹਦੇ ਆ ਉਸ ਦੇ ਪਿੱਛੇ ਕੀ ਕੁ ਚੱਲ ਰਿਹਾ ਹੈ ਜਿਹੜੀ ਗਰਾਉਂਡ ਜ਼ੀਰੋ ਦੇ ਉੱਤੇ ਜ਼ਮੀਨੀ ਹਕੀਕਤ ਕੀ ਹੈ ਉਸ ਦੇ ਬਾਰੇ ਅੱਜ ਇੱਕ ਝਾਤੋ ਸਾਨੂੰ ਪਾਉਣਗੇ ਸਰ ਸ਼ਿਰਗਿਲ ਜੀ ਆਏ ਉਹਨੂੰ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਹੁਣ ਸਵਾਉ ਪੰਜਾਬ ਦਾ ਕੀ ਹਾਲ ਰਹਾ ਜੀ ਖੁਸ਼ੀ ਲੋਕ ਸਾਹਿਬ ਚੜ੍ਹਦੀ ਕਲਾ ਜੀ ਬਿਲਕੁਲ ਦਵਾਵਾਂ ਰੱਖਦੇ ਹਰ ਵੇਲੇ ਪੰਜਾਬ ਦੀਆਂ ਸੂਬੇ ਜਿਵੇਂ ਕਹਿੰਦੇ ਹਨ ਸੁੱਖਾ ਦੀ ਹਵਾ ਹਰ ਥਾਂ ਘੁੰਮੇ ਪੰਜਾਬ ਤੋਂ ਤੇ ਉਹੀ ਮਿਲਦਾ ਇੱਥੇ ਜਿਹੜੇ ਐਨ ਆਰ ਆਈ ਭਰਾ ਬੈਠੇ ਸਾਡੇ ਅਸੀਂ ਵੀ ਇਹੀ ਸੁੱਖਾ ਸੁੱਖਦੇ ਹਾਂ ਨੇ ਤੇ ਪੰਜਾਬ ਤੋਂ ਜਿਹੜੀ ਹਮੇਸ਼ਾ ਠੰਡੀ ਹਵਾ ਆਵੇ ਆ ਜਿਹੜਾ 2000 ਰੁਪਏ ਦਾ ਨੋਟ ਅੱਜ ਤੜਕਿਓ ਪਤਾ ਲੱਗਾ ਜੀ ਇਹ ਬੰਦ ਕਰ ਦਿੱਤਾ ਗਿਆ ਇਹਦੇ ਪਿੱਛੇ ਕੀ ਕਾਰ ਰਹੀ ਹੈ ਕਰਨਾ ਕਿ ਪਹਿਲਾਂ ਹੀ ਆਰਡਰ ਕਰ ਦਿੱਤਾ ਸੀ ਕਹਿੰਦੇ ਛਾਪ ਨਹੀਂ ਰਹੇ ਸੀ देखो ਤੁਹਾਨੂੰ ਯਾਦ ਹੋਊਗਾ ਜੀ ਮੇਰੇ ਖਿਆਲ 8 ਨਵੰਬਰ ਤੇ 2016 ਦਾ ਦਿਨ ਸੀ ਹਮ ਹਮ ਜਦੋਂ ਰਾਤ ਨੂੰ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਉਂਦੇ ਆ ਟੀਵੀ ਦੇ ਉੱਤੇ ਕਹਿੰਦੇ ਆ ਜੀ 500 ਤੇ 1000 ਤੇ 2000 ਦਾ ਨੋਟ ਚੜਾ ਅੱਜ ਰਾਤ ਨੂੰ 12 ਵਜੇ ਤੋਂ ਬੰਦ ਹੋ ਜਾਊਗਾ ਹਮ ਹਮ ਉਸ ਤੋਂ ਬਾਅਦ ਨਵੇਂ ਰੂਪ ਦੇ ਵਿੱਚ 500 ਦਾ ਨੋਟ ਹੋਰ ਲਿਆਂਦਾ ਗਿਆ 2000 ਦਾ ਨੋਟ ਵੱਡਾ ਬਣਾਤਾ ਗਿਆ ਅਸਲ ਮਕਸਦ ਇਹਦੇ ਵਿੱਚ ਇਹ ਸੀ ਕਿ ਕਾਲਾ ਧਨ ਕਿਵੇਂ ਕੰਟਰੋਲ ਕਰਨਾ ਹੁਣ ਕਾਲਾ ਤਨ ਛੋਟੇਆ ਨੋਟਾਂ ਰਾਹੀਂ ਬੰਦ ਕਰਕੇ بڑا ਨੋਟ ਲਿਆ ਕੇ ਤਾਂ ਸਮਾਂ ਕਾਲਾ ਤਨ ਹੋਰ ਪੈਦਾ ਕਰਦਾ ਕਿਉਂਕਿ ਰਿਸ਼ਵਤ ਲੈਣੀ ਸੌਖੀ ਹੋ ਗਈ ਸੀ ਜਿਹਨੇ 5 500 ਦੇ ਚਾਰ ਨੋਟ ਲੈਣੇ ਸੀ ਉਹ 2000 ਦਾ ਇੱਕ ਨੋਟ ਜੇਬ ਵਿੱਚ ਪਾਇਆ ਬਿਲਕੁਲ ਸਰ ਗਿਆ ਸੀਗਾ ਉਹ ਇਹਨਾਂ ਨੇ ਸਮਾਂ ਕਿ ਮੈਨੂੰ ਲੱਗਦਾ ਸਰਕਾਰ ਨੇ ਹੋਰ ਸੌਖਾ ਕਰਤਾ ਰੌਲਾ ਪਿਆ ਬਹੁਤ ਇਹਦੇ ਵਿਰੋਧ ਹੋਇਆ ਜਿਹੜਾ ਹੁਣ ਚੱਲ ਰਿਹਾ ਵੀ 2000 ਦਾ ਨੋਟ 30 ਸਤੰਬਰ ਤੋਂ ਬੰਦ ਕਰ ਦੇਣਾ ਤੇ ਜਿਨ੍ਹਾਂ ਕੋਲ ਹੈਗਾ ਆ ਉਹ 30 ਸਤੰਬਰ ਦਾ ਟਾਈਮ ਹੀ ਦਿੱਤਾ ਪਿਓ ਜਮਾ ਕਰਾ ਦਿਓ ਇਹਦੇ ਪਿੱਛੇ ਵੀ ਕਾਰਨ ਇਹ ਆ ਵੀ 4 ਸਾਲ ਤੋਂ 2000 ਦੇ ਨੋਟ ਦੀ ਛ 4 ਸਾਲ 4 ਸਾਲ ਤੋਂ ਸ਼ਪਾਈ ਆਰਬੀਆਈ ਨੇ ਬਿਲਕੁਲ ਬੰਦ ਕਰਤੀ ਸੀ ਕਾਰਨ ਇਹਦੇ ਪਿੱਛੇ ਕੁਝ ਨਹੀਂ ਕਾਰਨ ਜੇ ਆਪਾਂ ਮੈਂਟਲੀ ਤੌਰ ਤੇ ਇੱਕ ਇੰਡੀਅਨ ਨਾਗਰਿਕ ਵਜੋਂ ਦੇਖੀਏ ਤਾਂ ਉਹ ਹੀ ਹੁੰਦਾ ਹੋ ਸਕਦਾ ਆਰਬੀਆਈ ਜਾਂ ਸਰਕਾਰ ਆਰਬੀਆਈ ਰਾਹੀਂ ਆਪਣੀ ਜਿਹੜੀ ਉਦੋਂ ਦੀ 2016 ਦੀ ਕੋਈ ਭੁੱਲ ਸੁਧਾਰ ਕਰਨ ਵਾਲੀ ਆ ਅੱਛਾ ਹੁਣ ਇਹਦੇ 'ਚ ਨਵਾਂ ਨੋਟ ਹੋਰ ਕੀ ਲਿਆਉਂਦੇ ਆ ਇਹਨੂੰ ਹੋਰ ਛੋਟੇ ਰੂਪ ਦੇ ਵਿੱਚ ਫੇਰ ਹਜ਼ਾਰ ਦਾ ਨਕਦੇ ਸ਼ੁਰੂ ਕਰ ਦੇਣ ਕਿਉਂ ਹਜ਼ਾਰ ਦਾ ਬੰਦ ਕਰਤਾ ਸੀ ਹੁਣ ਨਵਾਂ ਰੂਪ ਉਹਦੇ 'ਚ ਲਿਆ ਕੇ ਕੀ ਕਰਨਾ ਚਾਹੁੰਦੇ ਆ ਤੇ ਇਹਦਾ ਬੇਸਿਕ ਮਤਲਬ ਇਹ ਰੱਖ ਲਓ ਭਈ ਅਗਲੇ ਸਾਲ 2024 ਦੀਆਂ ਇਲੈਕਸ਼ਨਾਂ ਤੇ ਰੌਲਾ ਇਸ ਕਰਕੇ ਵੀ ਉਦੋਂ ਜ਼ਿਆਦਾ ਪਿਆ ਸੀਗਾ ਵੀ ਤੁਸੀਂ ਇੱਕਦਮ ਬੰਦ ਕਰਤਾ 86% ਕਰੰਸੀ ਟੋਟਲੀ ਜਿਹੜਾ ਚਲਣ ਤੋਂ ਬੰਦ ਹੋ ਗਈ ਸੀ ਤੇ ਜਦੋਂ ਬੰਦ ਹੋ ਜਾਣਾ ਕਰੰਸੀ ਦਾ ਤਾਂ ਫਿਰ ਉਹਦੀ ਡਿਮਾਂਡ ਵੱਧ ਜਾਣੀ ਹੋਰ ਫਟਾਫਟ ਇਹਨਾਂ ਨੇ ਫਿਰ 2000 ਦੇ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਤੇ ਤੁਸੀਂ ਕਿਤੇ ਵੀ ਇੱਥੇ ਨਿਊਜ਼ ਤਾਂ ਮਿਲਦਾ ساری ਦੁਨੀਆ ਤੇ ਫੈਲ ਜਾਂਦੀ ਸੋਸ਼ਲ ਮੀਡੀਆ ਬੜਾ ਪਰਵਲਿਆ ਤੇ ਉਹ ਤੁਸੀਂ ਜਿੱਥੇ ਵੀ ਫੜੇ ਗਏ ਆ ਜ਼ਿਆਦਾਤਰ ਨੋਟ ਜਿਹੇ ਕਰੋੜਾ ਰੁਪਈਆ ਚਾਰ ਪੰਜ ਚ ਤੇ ਜ਼ਿਆਦਾਤਰ ਨੋਟ ਜਿਹੜੇ 2000 ਦੇ ਮਿਲਦੇ ਰਹੇ ਆ ਉਹ ਪੰਸੂ ਵਾਲੇ ਜੇ ਬੰਡਲਾਂ ਦੀ ਗਿਣਤੀ ਕਰੀਏ ਤੇ ਉਹ ਡਬਲ ਟ੍ਰਿਪਲ ਚਾਰ ਗੁਣਾ ਬਣ ਜਾਂਦੀ ਜੀ ਤੇ ਉਹ 2000 ਦਾ ਬਣ ਗਿਆ ਪਰ ਇਹ ਅਜੇ ਤੱਕ ਇਸ ਗੱਲ ਨੂੰ ਦੱਸਣ 'ਚ ਸਫਲ ਹੀ ਨਹੀਂ ਹੋਏ ਕਿ ਆਕਰ ਤੁਸੀਂ ਨੋਟਬੰਦੀ ਕੀਤੀ ਕਿਉਂ ਸੀ ਹਮ ਹਮ ਅਦਾਲਤ ਵਿੱਚ ਤੱਕ ਵੀ ਗਿਆ ਸੁਪਰੀਮ ਕੋਰਟ ਤੱਕ ਵੀ ਗਿਆ ਹਾਲਾਂਕਿ ਚਲੋ ਉਹਨਾਂ ਨੇ ਪਟੀਸ਼ਨ ਖਾਰਜ ਕਰ ਦਿੱਤੀ ਪਰ ਇਹਦਾ ਕਾਰਨ ਹਲੇ ਤੱਕ ਨਹੀਂ ਦੱਸ ਸਕੇ ਕਿ ਨੋਟਬੰਦੀ ਕੀਤੀ ਕਿਉਂ ਸੀ ਤੇ ਇਹਦਾ ਜਿਹੜਾ ਇਹਨਾਂ ਨੂੰ ਕੋਈ ਫਾਇਦਾ ਵੀ ਮਿਲਿਆ ਦੇਸ਼ ਨੂੰ ਕੋਈ ਫਾਇਦਾ ਮਿਲਿਆ ਕਿ ਉਸ ਸਵਿਟਜਲੈਂਡ ਦੇ ਵਿੱਚ ਹਜੇ ਵੀ ਪਤਾ ਨਹੀਂ ਜੀ ਕਿੰਨਾ ਕੁ ਪੈਸਾ ਪਿਆ ਹੈ ਇਹ ਕਹਿੰਦੇ ਕਾਲਾ ਤੇ ਹਲ ਹੋਣਾ ਇਸ ਰੂਪ ਚ ਲਿਆਉਣਾ ਸੀਗਾ ਜਾਂ ਆਪ ਦੇ ਜਿਹੜੇ ਇੰਡੀਅਨ ਇੰਡਸਟਰੀਲਿਸ ਬਹੁਤ ਵੱਡੇ ਵੱਡੇ ਬਿਲੀਅਨਰ ਜਿਹੜੇ ਉੱਥੇ ਆ ਉਹਨਾਂ ਦਾ ਕਾਲਾ ਤਨ ਚਿੱਟਾ ਕਰਨਾ ਸੀਗਾ ਇਹ ਵੀ ਅਜੇ ਤੱਕ ਕੋਈ ਕੁਝ ਨਹੀਂ ਪਤਾ ਲੱਗਣ ਦਿੱਤਾ ਕਾਲਾ ਮਾਲਾ ਵਿੱਚ ਹੀ ਆ ਸੋ ਮੁਕਦੀ ਗੱਲ ਨੂੰ ਜੇ ਮੈਂ ਕਹਾ ਪੇ 2000 ਦਾ ਨੋਟ ਅਜ ਐਲਾਨ RBI ਨੇ ਕਰਤਾ ਕਿ ਉਹ ਚੜਾਇਆ ਕਰੰਸੀ ਦੇ ਚੱਲਣ ਦੇ ਵਿੱਚ ਰੂਪ ਚ ਨਹੀਂ ਹੋਵੇਗਾ ਤੇ 31 30 ਸਤੰਬਰ ਤੋਂ ਬਾਅਦ ਇਸ ਦਾ ਬੰਦ ਹੋ ਜਾਊਗਾ ਨਵਾਂ ਇਹਦੇ ਵਿੱਚ ਕੀ ਲਾਉਣਾ ਚਾਹੁੰਦੇ ਆ ਕੀ ਕਰਨਗੇ ਉਹ ਆਉਣ ਵਾਲਾ ਸਮਾਂ ਦੱਸੂਗਾ ਤੋ ਜਿਹੜੀ ਪ੍ਰਿੰਟਿੰਗ ਸੀਰੀਓ ਪਹਿਲਾਂ 4 ਸਾਲ ਤੋਂ ਪਹਿਲਾਂ ਤੋਂ ਬੰਦ ਸੀਗੀ ਜੀ ਬਿਲਕੁਲ ਕੱਟ ਕਰਤੀ ਸੀ ਬੰਦੇ ਛਾਪਣਾ ਬੰਦ ਕਰਤਾ ਸੀ ਜਿਹੜਾ ਪਿਛਲਾ ਜਿਵੇਂ ਹੁਣ 19 ਤੋਂ ਲੈ ਕੇ 23 ਤੱਕ 4 ਸਾਲ ਹੋ ਗਏ 2016 ਤੋਂ ਲੈ ਕੇ 19 ਤੱਕ 3 ਸਾਲ ਤੱਕ ਜਿੰਨੇ ਕ ਨੋਟ ਛਾਪਲੇ ਸੀਗੇ ਇਹਨਾਂ ਨੇ ਉਹੀ ਚੱਲਣ ਉਹੀ ਚੱਲਦੇ ਰਹੇ ਉਦੋਂ ਬਹੁਤ ਜ਼ਿਆਦਾ ਬਲਕ ਗਿਣਤੀ ਚ ਇਹਨਾਂ ਨੇ ਛਾਪਲੇ ਸੀ ਕਿਉਂਕਿ ਕਰੰਸੀ ਦੀ ਬਹੁਤ ਸ਼ਾਰਟੇਜ ਆ ਗਈ ਸੀ ਹਮ ਅੱਛਾ ਦੂਸਰੀ ਮੈਂ ਤੁਹਾਨੂੰ ਨਾਲ ਗੱਲ ਕਰਨੀ ਚਾਹੁੰਦਾ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਐ ਜਿਵੇਂ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਹੈਰਾਨੀ ਇਹ ਹੋਈ ਹੈ ਵੋਟਾਂ ਬਹੁਤ ਘਟ ਪਈਆਂ 54% ਵੋਟ ਹੀ ਪਈ ਹੈ ਇਹ ਘਟ ਪਰਸੈਂਟੇਜ ਵਾਲੀ ਹੈਰਾਨੀ ਹੈਗੀ ਹੈਗੀ ਹੈ ਦੂਸਰੀ ਹੈਰਾਨੀ ਵੀ ਇਸ ਗੱਲ ਦੀ ਆ ਕਿ ਆਮ ਆਦਮੀ ਪਾਰਟੀ ਜਿੱਤ ਕਿਵੇਂ ਗਈ ਅੱਛਾ ਕਿਉਂਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਉਥੇ ਚਾਹੇ ਰੁਝਾਨ ਕਹਿ ਲੋ ਚਾਹੇ ਜਿੰਨੀਆਂ ਵੀ ਉਹਦੇ ਵਿੱਚ ਡਿਸਕ੍ਰਿਪਸ਼ਨਸ ਨਹੀਂ ਸੀਗੀਆਂ ਜਾਂ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਵਿਚਾਰ ਸੀਗੇ ਚਰਚਾਵਾਂ ਸੀਗੀਆਂ ਉਹ ਹੀ ਸੀਗਾ ਪੈਦ ਕੀਨੀ ਹੈ ਜਿੱਤ ਦੇ ਜਿਵੇਂ ਸੰਗਰੂਰ ਚ ਹੋਇਆ ਸੀ ਉਹ ਹੀ ਰਿਪੀਟ ਹੋਊਗਾ ਪਰ ਉਹ ਮੈਨੂੰ ਲੱਗਦਾ ਪਿਆ ਆਪਣੇ ਕੌਨਫੀਡੈਂਸ ਦੇ ਵਿੱਚ ਸੀਗੇ ਔਰ ਉਸ ਕੌਨਫੀਡੈਂਸ ਨੂੰ ਉਹ ਇੰਪਲੀਮੈਂਟ ਵੀ ਕਰਨ ਵਿੱਚ ਕਾਮਯਾਬ ਰਹੇ ਆ ਉਹਨਾਂ ਨੇ ਇਸੇ ਕਰਕੇ ਜਿਹੜਾ ਜਸ਼ਨ ਦਾ ਮਾਹੌਲ ਆ ਉਹ 13 ਵਾਲੇ ਦਿਨ ਹੀ ਰੱਖਿਆ ਸੀਗਾ ਤੁਹਾਨੂੰ ਯਾਦ ਹੈ ਮੈਨੂੰ ਲੱਗਦਾ ਰਾਕਬ ਚੱਡਾ ਦੀ ਮੰਗਣੀ ਜਿਹੜੀ ਆ ਉੱਥੇ 13 ਤਰੀਕ ਨੂੰ ਰੱਖੀ ਸੀ ਜਿਸ ਦਿਨ ਜਲੰਧਰ ਦਾ ਰਿਜ਼ਲਟ ਆਉਣਾ ਸੀਗਾ ਤੇ ਇਹੋ ਜਿਹੇ ਹਾਲਾਤ ਵਿੱਚ ਜੇ ਸਰਕਾਰ ਨੂੰ ਪਤਾ ਹੋਵੇ ਪੇ ਸਾਡੇ ਪੱਲੇ ਰਹਿਣਾ ਨਹੀਂ ਕੁਛ ਤੇ ਅਸੀਂ ਉਹ ਹਾਰ ਦਾ ਜਸ਼ਨ ਮਨਾਵਾਂਗੇ ਕਿ ਜਿੱਤ ਦਾ ਮਨਾਵਾਂਗੇ ਤੇ ਉਹ ਮੈਨੂੰ ਲੱਗਦਾ ਉਹਨਾਂ ਇਸ ਗੱਲੋਂ ਕੰਫੀਡੈਂਸ ਇਸ ਕਰਕੇ ਸੀਗੇ ਕਿ ਉਹਦਾ ਜੋ ਫੈਕਟਰ ਬਹੁਤ ਘੱਟ ਸੀਗੇ ਇੱਕ ਤਾਂ ਇਹਨਾਂ ਦੇ ਖਿਲਾਫ ਜਿਹੜੇ ਫੈਕਟਰ ਸੀਗੇ ਸੀਗੇ ਅਗਲੇ ਫੈਕਟਰ ਇਹ ਆਪੇ ਉਹ ਮੁਕਾਬਲੇ ਤਿੰਨ ਚਾਰ ਗੁਣਾ ਹੋ ਗਏ ਸੀ ਜੀ ਜੀ ਅਕਾਲੀ ਬੀਐਸਪੀ ਭਾਜਪਾ ਕਾਂਗਰਸ ਆਪਣੀ ਸੰਵਿਤੀ ਬੋਰਡ ਤੇ ਸੀਗੀ ਚੌਧਰੀ ਸੰਤੋਸ਼ ਸਿੰਘ ਦੀ ਵਾਈਫ ਸੀ ਜਿਹੜੀ ਐਮਬੀਬੀ ਕਰਮਜੀਤ ਕੌਰ ਉਹ ਖੜੇ ਸੀਗੇ ਇਸ ਸਾਰੇ ਕੁਝ ਦੇ ਵਿੱਚ ਜੇ ਕਿਸੇ ਨੇ ਗੇਨ ਕੀਤਾ ਤੇ ਉਹ ਭਾਜਪਾ ਨੇ ਹੂੰ ਬੀਜੇਪੀ ਨੂੰ ਕੈਂਡੀਡੇਟ ਨੂੰ 135 36000 ਕੁਝ ਵੋਟ ਪਈ ਆ ਜਦ ਕਿ ਮਤਲਬ ਆਸ ਨਾਲ ਉਹ ਕਿਤੇ ਵੱਧਿਆ ਹੂੰ ਤੇ ਉਸੇ ਨੂੰ ਫੈਕਟਰ ਜ਼ਿਆਦਾ ਮੰਨਦੇ ਆ ਕਿ ਇਹ ਵੋਟ ਤੋੜ ਗਈ ਕਿਹਦੀ ਤੋੜ ਗਈ ਕਿਹਦੀ ਨਹੀਂ ਤੋੜ ਗਈ ਉਹ ਅਜੇ ਵਿਸ਼ਲੇਸ਼ਣ ਚੱਲਦਾ ਪਿਆ ਚੱਲਦਾ ਰਹੂਗਾ ਹਲੇ ਤੱਕ ਮਹੀਨਾ ਦੇਣ ਮਹੀਨੇ ਸੇ ਤੇ ਗੱਲ ਚੱਲਣੀ ਆ ਪਰ ਉਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਇਹ ਸੀਗਾ ਕਿ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਸੀ ਵਾਲਮੀਕ ਪਾਈਚਾਰੇ ਦਾ ਹੂੰ ਇਹ ਸਰਦਾਰ ਬੂਟਾ ਸਿੰਘ ਤੋਂ ਬਾਅਦ ਅਜੰਤਰ ਵਿੱਚ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਪਾਰਟੀ ਨੇ ਬਾਲਵਿੰਗ ਭਾਈਚਾਰੇ ਤੋਂ ਉਮੀਦਵਾਰ ਨਹੀਂ ਸੀ ਖੜਾ ਕੀਤਾ ਹਮ ਐਸੀ ਬਣਦੇ ਰਿਹਾ ਕਿਉਂਕਿ ਰਿਜ਼ਰਵ ਹਲਕਾ ਸੀਗਾ ਬਾਲਵਿੰਗ ਭਾਈਚਾਰਾ ਪਹਿਲੀ ਵਾਰੀ ਸੀ ਤੇ ਬਾਲਵਿੰਗ ਭਾਈਚਾਰਾ ਦੀ ਬਹੁਤ ਬਹੁਤਾਤ ਆ ਹਮ ਜ਼ੋਬੇ ਦੇ ਵਿੱਚ ਵੀ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵੀ ਉਹ ਸਾਰੀ ਦੀ ਸਾਰੀ ਉਹਨਾਂ ਨੂੰ ਇਹ ਹੋਇਆ ਪਈ ਨਹੀਂ ਸਾਡਾ ਬੰਦਾ ਆ ਚਾਹੇ ਜਿੱਤੇ ਚਾਹੇ ਹਾਰੇ ਅਸੀਂ ਵੋਟ ਇਹਨਾਂ ਨੂੰ ਪਾਣੀ ਆ ਔਰ ਉਹਨਾਂ ਨੇ ਵੋਟ ਡਟ ਕੇ ਪਾਈ ਆ ਇਸੇ ਕਾਰਨ ਆਪੇ ਉਹ 135000 ਵੋਟ ਜਿਹੜੀ ਆ ਓਟਵਾਲ ਸਾਹਿਬ ਜਿਹੜੇ ਆ ਇੰਦਰ ਇਕਵਾਲ ਸਿੰਘ ਓਟਵਾਲ ਉਹ ਲੈ ਗਏ ਅਕਾਲੀ ਦਲ ਨੇ ਵੀ ਬਹੁਤ ਜ਼ੋਰ ਲਾਇਆ ਅਰ ਉਹ 160 65 ਤੱਕ ਪਹੁੰਚ ਗਏ ਪਰਸੈਂਟੇਜ ਜਿਹੜੀ ਘਟੀ ਆ ਉਹ ਜ਼ਿਆਦਾਤਰ ਲੋਕਾਂ ਦੇ ਵਿੱਚ ਜਾਂ ਸਿਆਸੀ ਹਲਕਿਆਂ ਦੇ ਕਹਿ ਦਈਏ ਜਾਂ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦੇ ਤੌਰ ਤੇ ਕਹਿ ਦਈਏ ਗੱਲ ਇਹ ਸੀ ਕਿ ਇਹਨਾਂ ਨੇ ਧਮਕਾਇਆ ਬਹੁਤ ਹੂੰ ਹੂੰ ਡਰਾਇਆ ਬਹੁਤ ਗਰਾਊਂਡ ਲੈਵਲ ਤੋਂ ਲੈ ਕੇ ਅਫਸਰ ਸ਼ਾਹੀ ਤੱਕ ਜੇ ਕੋ ਜੇ ਆ ਬਿਜਲੀ ਬੋਰਡ ਚ ਸੀਵਰੇਜ ਬੈਕ ਵਿੱਚ ਹੋਰ ਕਹੇ ਚ ਐਸ ਡੀਓ ਆ ਉਹਨੂੰ ਡਰਾਇਆ ਤੇਰੇ ਇਲਾਕੇ ਦੇ ਵਿੱਚੋਂ ਜੇ ਵੋਟ ਘਟ ਕੇ ਤੇ ਦੇਖ ਲੈਣ ਇਥੋਂ ਤੱਕ ਕੇ ਸਰਪੰਚਾਂ ਪੰਚਾਂ ਨੂੰ ਵੀ ਧਮਕਾਇਆ ਕਿ ਜੇ ਤੇਰੇ ਪਿੰਡੋਂ ਵੋਟ ਘਟ ਗਈ ਤੇ ਤੇਰੀਆਂ ਜੜੀਆਂ ਪੁਰਾਣੀਆਂ ਕੋਈ ਵੀ ਕਿਉਂਕਿ ਦੇਖੋ ਹਰ ਸਰਪੰਚ ਦੇ ਕੋਲ ਫੰਡਾਂ ਦਾ ਤਾਂ ਕੰਮ ਚੱਲਦਾ ਹੀ ਰਹਿੰਦਾ ਨਾ ਜੀ ਕਿੰਨੇ ਕੋ ਕਰ ਜਾਂਦੇ ਇੱਧਰ ਉੱਧਰ ਕਾਲਾ ਮਲਾ ਚਾਹੇ ਆਨਲਾਈਨ ਸਭ ਕੁਝ ਹੋਇਆ ਆ ਫਿਰ ਵੀ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਤੇ ਉਹਨਾਂ ਨੂੰ ਇਸ ਗੱਲ ਤੋਂ ਡਰਾਇਆ ਕਿ ਜੇ ਵੋਟ ਘਟ ਗਈ ਤਾਂ ਤੁਹਾਡੀਆਂ ਫਾਈਲਾਂ ਖੁੱਲ ਜਾਣੀਆਂ ਜਿਵੇਂ ਸਿਆਸੀ ਆਗੂਨ ਰੋਂਦੇ ਸੀ ਉਸ ਇਨਟੀਮੀਸ਼ਨ ਦੇ ਕਰਕੇ ਉਸ ਧਮਕਾਉਣ ਦੇ ਕਰਕੇ ਡਰ ਕਰਕੇ ਮੈਂ ਕਹਿੰਦਾ ਵੋਟ ਹੀ ਨਹੀਂ ਪਾਈ ਕਈਆਂ ਨੇ ਉਹ ਵੋਟ ਨਾ ਪਾਉਣ ਕਰਕੇ 46% ਘਟ ਗਈ ਹੁਣ ਇਹ ਸੱਤਾਧਾਰੀ ਤੇ ਅਧਿਕਾਰੀ ਇਹ ਚਰਨਜਾ ਪਰਸੈਂਟ ਵੋਟ ਪਈ ਜੇ ਤੇ ਸਭ ਤੋਂ ਵੱਧ ਅਸੀਂ ਲੈ ਗਏ ਪਰ 46% ਗਿਣਦੀ ਨਹੀਂ ਤੇ ਸਾਡੇ ਖਿਲਾਫ ਵੀ ਤਾਂ ਗਈ ਆ ਜੇ ਉਹ ਵੋਟ ਪੈ ਜਾਂਦੀ ਫਿਰ ਸਮੀਕਰਨ ਕੁਝ ਹੋਰ ਹੋਣੇ ਸੀਗੇ ਰਿਜ਼ਲਟ ਵੀ ਕੁਝ ਹੋਰ ਹੋਣਾ ਸੀਗਾ ਪਰ ਇੰਨੀ ਵੋਟ ਤਾਂ ਕਦੇ ਵੀ ਨਹੀਂ ਪਈ ਤਕਰੀਬਨ ਮੇਰਾ ਖਿਆਲ 60 ਤੋਂ ਵੱਧ 68 ਮੈਕਸਿਮਮ 67 ਤੱਕ ਗਈ ਆ 63 ਜਿਹੜੀ 2019 ਦੀ ਆ ਇਹ ਕਾਰਨ ਹੈ ਕਿ ਰਾਜਾ ਵੜਿੰਗ ਹੋਣੀ ਦੂਸਰੇ ਦਿਨ ਪਰ ਇਸ ਕੰਮਜ਼ ਕਰਕੇ ਕਹਿ ਰਹੇ ਸੀ ਵੀ ਸਾਡੀ ਜਿਹੜੀ 9 10% ਵੋਟ ਜਿਹੜੀ ਆ 19 ਨਾਲੋਂ ਘਟੀ ਆ ਪਰਸੈਂਟੇਜ ਉਹ ਸਾਡੀ ਹੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਡਰਾ ਧਮਕਾ ਕੇ ਜਾਂ ਤਾਂ ਆਪਣੇ ਵੱਲ ਕਰਾ ਲਿਆ ਆਪਣੇ ਹੱਕ ਚ ਪਵਾ ਲਈ ਜਾਂ ਉਹਨਾਂ ਨੇ ਵੋਟ ਹੀ ਨਹੀਂ ਪਾਈ ਇੱਕ ਹੋਰ ਫੈਕਟਰ ਬੜਾ ਇੰਪੋਰਟੈਂਟ ਸੀਗਾ ਜੀ ਸਿੱਧੂ ਮੂਸੇ ਵਾਲੇ ਦਾ ਉਹ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਤਿੰਨ ਦਿਨ ਲਗਾਤਾਰ ਨਿਰੰਤਰ ਰਹੇ ਆ ਉਸ ਤੋਂ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅੜਿੱਕੇ ਡਾਏ ਗਏ ਉਹਨਾਂ ਦੇ ਮਿਲ ਜਿੱਥੋਂ ਤੱਕ ਸੂਤਰਾਂ ਦੀ ਜਾਣਕਾਰੀ ਸਾਡੇ ਕੋਲ ਸੀਗੀ ਵੀ ਉਹਨਾਂ ਨੂੰ ਉੱਥੋਂ ਜਿੱਥੇ ਪਹਿਲੇ ਦਿਨ ਜਿਲੰਦਰ ਆਉਣਾ ਸੀਗਾ ਮੁਸੇਪਿੰਡ ਦੇ ਵਿੱਚ ਹੀ ਉਹਨਾਂ ਨੂੰ ਡੱਕਣ ਦੀ ਉੱਥੇ ਕੋਸ਼ਿਸ਼ ਕੀਤੀ ਵੀ ਨਾ ਜਾਣ। ਇਹ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਦੱਸਦੇ ਸੀ। ਹਾਂਜੀ। ਪਰ ਉਹਨਾਂ ਦੀ ਸੁਣੀ ਨਹੀਂ ਲੋਕਾਂ ਨੇ ਜਾਂ ਕਿ ਵੋਟ ਹੀ ਨਹੀਂ ਪਾਉਣਾ ਇਹ ਫਿਰ। ਇਹ ਇਹ ਇਹੇ ਇੱਥੇ ਕਾਰਨ ਜਿਹੜਾ ਬਣਦਾ ਨਾ, ਇਹੀ ਕਾਰਨ ਬਣਿਆ ਕਿ ਉਹਨਾਂ ਦੀ ਸੁਣੀ ਵੀ ਗਈ ਤੇ ਵੋਟ ਵੀ ਨਹੀਂ ਪਾਈ। ਅੱਛਾ। ਜੇ ਸੁਣੀ ਗਈ ਹੁੰਦੀ ਮਤਲਬ ਕਹਿੰਦਾ ਵੀ ਜੇ ਉਹਨਾਂ ਨੇ ਕਿਹਾ ਤਾਂ ਵੀ ਵੋਟ ਪਾਉਣੀ ਹੀ ਪਾਉਣੀ ਆ ਪਰ ਫਲਾਣੇ ਨੂੰ ਨਹੀਂ ਪਾਉਣੀ। ਕਿਉਂਕਿ ਉਹ ਕਿਸੇ ਦੇ ਹੱਕ ਤੱਕ ਕਹੀ ਨਹੀਂ ਸੀ ਰਹਿ। ਇਹਨੂੰ ਨਹੀਂ ਪਾਉਣੀ ਤੇ ਇਹਨੂੰ ਪਾਉਣੀ ਆ ਉਹਨਾਂ ਨੇ ਕਿਹਾ ਵੀ ਇਹਨੂੰ ਨਹੀਂ ਪਾਉਣੀ ਬਾਕੀ ਜਿਹਨੂੰ ਮਰਜ਼ੀ ਪਾਓ ਪਰ ਉਹ ਜੇਕਰ ਮਾੜਾ ਮੋਟਾ ਹੁੰਦਾ ਨਾ ਉਹ ਲਾਜ਼ਮੀ ਤੌਰ ਤੇ ਪਾਉਣੀ ਆ ਤਾਂ ਮੇਰੇ ਲਾਹਾ 18 ਤੋਂ ਲੈ ਕੇ 30 ਸਾਲ ਦੇ ਵਰਗ ਦਾ ਜਿਹੜਾ ਆ ਨੌਜਵਾਨ ਵਰਗ ਆ VOTER ਜਿਹੜਾ ਉਹਦੇ ਚ ਨਵਾਂ ਵੀ ਬਣਿਆ ਸੀਗਾ ਬਹੁਤ ਵੱਡੀ ਗਿਣਤੀ ਚ ਨਵੇਂ VOTER ਵੀ ਬਣੇ ਸੀ ਐ ਚੋਣਾਂ ਦੇ ਵਿੱਚ VOT ਨਹੀਂ ਪਈ ਉਹਨਾਂ ਨੇ ਗੁੱਸਾ ਇਸ ਤਰੀਕੇ ਨਾਲ ਕੱਢਿਆ ਵੀ VOT ਹੀ ਨਹੀਂ ਪਾਉਣੀ ਕਿਸੇ ਨੂੰ ਜੇ ਬੈਟਰ ਹੁੰਦਾ ਜੇ ਉਹ ਮੰਨ ਲਓ ਫੈਕਟਰ ਪੂਰਾ ਕੰਮ ਕਰ ਜਾਂਦਾ ਵੋਟ ਪੈ ਜਾਂਦੇ ਪਰਸੈਂਟੇਜ ਵੀ ਵੱਧ ਜਾਣੀ ਸੀਗੀ ਤਾਂ ਰਿਜ਼ਲਟ ਵੀ ਆਪਣੇ ਆਪ ਚ ਅਲੱਗ ਹੋਣਾ ਸੀ ਤੇ ਇੱਕ ਫੈਕਟਰ ਨਾਲ ਹੋਰ ਮੈਂ ਜੋੜਨਾ ਚਾਹਾਂਗਾ ਅਕਾਲੀ ਔਰ ਬੀਜੇਪੀ ਦਾ ਹੂੰ ਹੂੰ ਇਹ ਦੋਨਾਂ ਦੀਆਂ ਵੋਟਰਾਂ ਰਲਾ ਕੇ ਦੇਖੀਏ ਤਾਂ 295000 96000 ਬਣਦੀ ਆ ਹੂੰ ਹੂੰ ਤੇ ਸੁਸ਼ੀਲ ਕੁਮਾਰ ਰਿੰਕੂ ਆਵਾਮ ਦੀ ਪਾਰਟੀ ਦੀ ਜਿਹੜੇ ਆ 322000 ਵੋਟ ਪਈਆਂ ਉਹਨਾਂ ਨੂੰ ਹੂੰ ਹੂੰ ਬਹੁਤ ਡਿਫਰੈਂਸ ਘਟਿਆ 54 55000 ਤੋਂ ਉਹ ਜਿੱਤੇ ਆ ਜੇ ਇਹਨਾਂ ਦਾ ਅਲਾਈਅੰਸ ਹੁੰਦਾ ਤੇ ਹੋ ਸਕਦਾ ਕੰਬਾਈਨ ਹੋ ਕੇ 58000 ਦੇ ਜਿੱਤੇ ਮੈਨੂੰ 54 ਕੁਛ ਆ ਕੇ ਤੇ ਇਹਨਾਂ ਦਾ ਅਲਾਈਅੰਸ ਹੁੰਦਾ ਤੇ 295 ਤੱਕ ਹੀ ਪਹੁੰਚ ਜਾਂਦੇ ਹੋਰ ਹੋ ਸਕਦਾ ਕੁਝ ਹੋਰ ਅੱਗਾ ਪਿਛਾ ਪਿਆ ਜਾਂਦਾ ਪਰ ਉਹ ਨਹੀਂ ਬਣ ਸਕਿਆ ਅਲਾਈਅੰਸ ਹੁਣ ਲੱਗਦਾ ਪਏ ਇਹਨਾਂ ਦੀ ਜਿਹੜੀ ਆ ਚਾਹੇ ਬਾਲਾ ਸਾਹਿਬ ਤੋਂ ਬਾਅਦ ਗੱਲ ਲਈ ਹੈ ਤੇ ਚਾਹੇ ਉਹਨਾਂ ਦੇ ਡੈਥ ਵੇਲੇ ਜਿੰਨੇ ਵੀ ਲੀਡਰ ਭਾਜਪੀ ਦੀ ਆਏ ਉਹ ਵੀ ਮਹਿਸੂਸ ਕਰਦੇ ਰਹੇ ਆ ਤੇ ਮਹਿਸੂਸ ਹੁਣ ਜ਼ਿਆਦਾ ਹੋਣ ਲੱਗ ਪਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਹੋਰ ਬਦਲਣ ਵਾਲੇ ਜੀ ਰਜ ਰਿਪੋਰਟ ਆ ਗਈ ਬਈ ਉਹਨਾਂ ਨੇ ఇండిపెਂਡੈਂਟਲੀ ਭਾਜਪਾ ਵਾਲਿਆਂ ਨੇ ਇਲੈਕਸ਼ਨ ਰਣਨੀਤੀ ਕਿਸੇ ਨੂੰ ਉਹ ਕਹਿੰਦੇ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਹੀ ਕਾਂਗਰਸ ਚੁਗਏ ਹੋਏ ਕਪਨ ਅਮਰਿੰਦਰ ਸਿੰਘ ਤੇ ਹੋਰ ਉਹਨਾਂ ਦੇ ਜਿਹੜੇ ਸਾਥੀ ਨੇ ਸਿੱਖ ਚਿਹਰੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਉਹ ਸਪੈਸ਼ਲ ਅਥਾਰਟिटीज ਦੇ ਰਹੇ ਬਿਲਕੁਲ ਸਹੀ ਗੱਲ ਹੈ ਕਾਰਜਕਾਰੀ ਦਾ ਐਲਾਨ ਕੀਤਾ ਗਿਆ ਬੀਤੇ ਦਿਨੀ بڑے 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 ਚਿਹਰੇ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ ਸੁਪਾ ਕਾਰਜਕਾਰੀ ਦੇ ਵਿੱਚ ਪਰ ਇਹ ਇਹ ਦੋਨਾਂ ਨੂੰ ਹੀ ਲੋੜ ਜ਼ਰੂਰ ਹੈਗੀ ਆ ਮਹਿਸੂਸ ਵੀ ਕਰਦੇ ਆ ਓਪਨਲੀ ਨਹੀਂ ਕੁਝ ਵੀ ਕਹਿ ਰਹੇ ਹਮਮ ਉਹ ਪੰਨੀ ਕੁਝ ਨਹੀਂ ਕਹਿ ਰਹੇ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਚੰਡੀਗੜ੍ਹ ਸਰਦਾਰ ਬਾਦਲ ਸਾਹਿਬ ਦੀ ਅਮਰਿਤਕ ਦੇ ਤੇ ਫੁੱਲਮਾਲਾ ਪੇਟ ਕਰਨਾ ਆਈ ਸੀ ਤੇ ਉਸ ਉਸ ਦਿਨ ਤੋਂ ਲੈ ਕੇ ਭੋਗ ਤੱਕ ਹਮਮ ਕਾਫੀ ਇਸ ਗੱਲ ਦੇ ਜਿਹੜਾ ਜੋਰ ਫੜ ਗਏ ਸੀਗਾ ਪੰਜਾਬੀ ਇਹਨਾਂ ਦੀ ਹੋਊਗੀ ਪਰ ਉਹਦਾ ਉਹਨਾਂ ਨੂੰ ਲੱਗਦਾ ਸੀ ਕਿ ਗਰਾਊਂਡ ਲੈਵਲ ਤੇ ਸਾਨੂੰ ਨੁਕਸਾਨ ਨਾ ਹੋ ਜਾ ਤੇ ਉਹ ਕੰਟਰਡਿਕਟ ਕਰਦੇ ਰਹੇ ਹਰੇਕ ਬੀਜੇਪੀ ਦਾਗੂ ਕਹਿੰਦਾ ਰਾ ਨਹੀਂ ਜੀ ਇਹ ਚਰਚਾਵਾਂ ਆ ਸਾਡੇ ਨਾਲ ਕੋਈ ਅਜਿਹੀ ਗੱਲ ਨਹੀਂ ਹੈ ਅਸੀਂ ਨਹੀਂ ਕਰ ਸਕਦੇ ਪਰ ਹੁਣ ਵੀ ਲੱਗਦਾ ਦੁਬਾਰਾ ਇਸ ਤਰੀਕੇ ਨਾਲ ਕਰਕੇ 24 ਤੱਕ ਦੂਰ ਆ ਜੇ ਆਤਨੋਮੀ ਨੇ ਪਾਇਆ ਕਿਤੇ ਨਾ ਕਿਤੇ ਇਹਨਾਂ ਨੂੰ ਕਰਨਾ ਪਊਗਾ ਇੰਡੀਪੈਂਡੈਂਟਲੀ ਮੈਨੂੰ ਲੱਗਦਾ ਨਹੀਂ ਕਿਉਂਕਿ ਅਕਾਲੀ ਦਲ ਵੀ ਸਮਝਦਾ ਕਿ ਸਾਨੂੰ ਇੰਡੀਪੈਂਡੈਂਟਲੀ ਉਹਨਾਂ ਫਾਇਦਾ ਨਹੀਂ ਹੋਣਾ ਤਾਂ ਭਾਜੀਪੀ ਦਾ ਵੈਸੇ ਬੇਸ ਆਪਣਾ ਬਣਾਉਣਾ ਚਾਹ ਰਹੀ ਹੈ ਹੂੰ ਤੇ ਉਹਦੇ ਵਿੱਚ ਜਿਹੜੇ ਆਗੂ ਗਏ ਉਹ ਭਾਵੇਂ ਕਹਿਣਗੇ ਨਹੀਂ ਜੀ ਅਸੀਂ ਤਾਂ ਪਹਿਲਾਂ ਅਕਾਲੀ ਦੇ ਮੁਖਾਲਫਤ ਰਹੇ ਅਸੀਂ ਕਿਵੇਂ ਨਾਲ ਰਲਾਂਗੇ ਜੀ ਅਮਰਪਾਲ ਸਿੰਘ ਫੈਕਟਰ ਹਾਲੇ ਵੀ ਕੰਮ ਕਰ ਰਿਹਾ ਹਾਂ ਦੇਖੋ ਜੀ ਉਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਉਹਦਾ ਕੋਈ ਵੱਡਾ ਐਨਐਸਏ ਵਾਲਾ ਕਾਰਨ ਹੈ ਨਹੀਂ ਸੀ ਜਦੋਂ ਉਹਨੂੰ ਫੜਨਾ ਸੀਗਾ ਉਹਨੂੰ ਫੜਿਆ ਨਹੀਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਤਾ ਕਿ ਪਤਾ ਨਹੀਂ ਕਿੱਡਾ ਕਬਟਾ ਅਪਰਾਧੀ ਸੀ ਉਹ ਜਾਂ ਕਿੱਡਾ ਕੋ ਵੱਡਾ ਉਹਨੇ ਅਪਰਾਧ ਕਰ ਦਿੱਤਾ ਸੀ ਤੇ ਜੇ ਕੀਤਾ ਸੀਗਾ ਤੇ ਮੌਕੇ ਤੇ ਕਿਉਂ ਨਹੀਂ ਫੜਿਆ ਜਨਾਲਾ ਕਾਂਡੇ ਨਾਲੇ ਬਹੁਤ ਵਧੀਆ ਇੱਕ ਉਦਾਹਰਣ ਸੀ ਇੱਕ ਮੌਕਾ ਸੀ ਉਹਨੂੰ ਫੜਨ ਦਾ ਪਰ ਉਹਨੇ ਇੱਕ ਕ੍ਰੀਏਟ ਸੀਨ ਕਰਕੇ ਸ਼ਾਹਕੋਟ ਦੇ ਲਾਗੇ ਸ਼ਾਕੇ ਉਥੋਂ ਭਜਾ ਦਿੱਤਾ ਦੂਸਰੇ ਮੇਰੇ ਕਮਾਨਾ ਵਾਲੇ ਦੇ ਕੋਲ ਨਿਕਲਦਿਆਂ ਨੂੰ ਟੋਲਪਲਾ ਜਿੱਥੋਂ ਜਾਂ ਭਜਾ ਦਿੱਤਾ ਗਿਆ ਜਾਂ ਭੱਜ ਗਿਆ ਮਤਲਬ ਇੰਨੀ ਵੱਡੀ ਫੋਰਸ ਲੱਗੀ ਹੋਵੇ ਜਦੋਂ ਨਿਕਲ ਜਾਵੇ ਉਹ ਗੱਲ ਨਹੀਂ ਹੁੰਦੀ ਉਹਦਾ ਉਹ ਤਾਂ ਨਾਲ ਜਿਹੜੇ ਮੁੰਡੇ ਹੋਰ ਫੜੇ ਸਾਰਿਆਂ ਤੇ ਐਨਐਸਏ ਲਾਤੀ ਗਈ ਉਹ ਐਨਐਸਏ ਦਾ ਫੈਕਟਰ ਗੁੱਸਾ ਦਾ ਸੀਗਾ ਫਿਰ ਗੱਲ ਉੱਥੇ ਆ ਜਾਂਦੀ ਜੀ ਫੈਕਟਰ ਤਾਂ ਸੀਗਾ ਗੁੱਸਾ ਵੀ ਸੀਗਾ ਪਰ ਵੋਟ 'ਚ ਨਹੀਂ ਉਹ ਕਨਵਰਟ ਕਰ ਸਕੇ ਆਪਣਾ ਗੁੱਸਾ ਜੇ ਉਹ ਗੁੱਸਾ ਆਪਣਾ ਵੋਟ 'ਚ ਕਨਵਰਟ ਕਰਦੇ ਤੇ ਫਿਰ ਆਪਾਂ ਉਹਨੂੰ ਇਹ ਵੀ ਮੰਨ ਸਕਦੇ ਸੀਗੇ ਵੀ ਹਾਂ ਵੀ ਇਹਨਾਂ ਨੇ ਇਹਨਾਂ ਦੇ ਖਿਲਾਫ ਸਰਕਾਰ ਦੇ ਗਈ ਇਹ ਸਰਕਾਰ ਦੇ ਵੀ ਪੱਖ ਦੀ ਥੋੜੀ ਜਿਹੀ ਮੈਂ ਗੱਲ ਜੇ ਕਰਨੀ ਚਾਹਾਂਗਾ ਵੀ ਉਹਨਾਂ ਦਾ ਕੀ ਹੱਕ 'ਚ ਗਈ ਗੱਲ ਇੱਕ ਤਾਂ ਉਹਨਾਂ ਦਾ ਜਿਹੜਾ ਬਿਜਲੀ ਫ੍ਰੀ ਕਰਨ ਵਾਲਾ ਕੰਮ ਸੀ 600 ਜੀ ਨਟਾਲਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਗਈ ਖਾਸ ਕਰਕੇ ਜਨਰਲ ਵਰਗਾਂ ਦੇ ਕਿਉਂਕਿ ਆਮ ਜਿਹੜਾ ਦਲਿਤ ਭਾਈਚਾਰਾ ਐਸਸੀ ਵਰਗ ਹੈ ਜਾਂ ਗਰੀਬ ਤਬਕਾ ਹੈ ਉਹਨਾਂ ਨੂੰ ਤਾਂ ਪਹਿਲਾਂ ਵੀ 2-200 ਯੂਨਟਾਂ ਬਿਜਲੀ ਸਰਕਾਰਾਂ ਵੀ ਦੇ ਰਹੀ 300 ਹੋ ਗਈਆਂ ਨੇ ਨੈਚੁਰਲੀ ਉਹਨਾਂ ਨੂੰ ਤਾਂ 600 ਤੋਂ ਵੱਧ ਮੇਰੇ ਖਿਆਲੋਂ ਉਹਨਾਂ ਨੇ ਦਿਖਾਪਤ ਵੀ ਨਹੀਂ ਹੋਣੀ ਐ ਜਿਆਦਾ ਜਿਹੜਾ ਉਹ ਪ੍ਰਭਾਵਿਤ ਹੋਇਆ ਉਹ ਜਨਰਲ ਵਰਗ ਮੇਰੇ ਆਪਣੇ ਨੂੰ ਵੀ ਜੇ ਮੈਂ ਕਹਾ ਦੋ ਤਿੰਨ ਪਹਿਲੇ ਮੇਰੇ ਵੀ ਫ੍ਰੀ ਆ ਗਏ ਸੀ ਵੈਸੇ ਕਈ ਵਾਰੀ ਕਹਿ ਦਿੱਤਾ ਵੇ ਸਾਨੂੰ ਲੋਡ ਨਹੀਂ ਹੈਗੀ ਯਾਰ ਬਿੱਲ ਘਟਾ ਦਿਓ ਉਹਦੇ ਰੇਟ ਘਟਾ ਦਿਓ ਪਰ ਹੁਣ ਨਾਲ ਦੀ ਨਾਲ ਆਪਾਂ ਦੇਖਿਆ ਜਦੋਂ ਚੋਨਾ ਖਤਮ ਹੋਈਆਂ ਤੇ ਇੱਕਦਮ ਉਹ ਕਰੰਟ ਮਾਰਤਾ ਪੰਜਾਬ ਨੂੰ 56 ਪੈਸੇ ਤੋਂ ਲੈ ਕੇ ਰੁਪਈਆ ਵਧਾ ਦਿੱਤਾ ਸਰਕਾਰ ਤਾਂ ਕਹਿ ਰਹੀ ਆ ਕਿ ਅਸੀਂ ਉਹ ਖਰਚਾ ਬੀਅਰ ਕਰਾਂਗੇ ਪਰ ਤੁਹਾਡੀ ਸਰਕਾਰ ਤਾਂ ਕਿਹਾ ਬਾਅਦ ਚ ਲੋਕਾਂ ਦੇ ਪੈਣਾ ਜੇ ਨਹੀਂ ਉਹ ਕਨਵਰਟ ਕਰ ਸਕੇ ਸੋ ਉਸ ਨੂੰ ਬਿਜਲੀ ਮਾਫੀ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਸੀਗਾ ਵੀ ਹਾਂ ਵੀ ਬਿਜਲੀ ਸਾਡਾ ਬਿੱਲ ਜੜਾ ਵਧੀਆ ਕੰਮ ਕੀਤਾ ਆ ਇਹ ਜੋ ਕੋਈ ਸ਼ੱਕ ਨਹੀਂ 1000 ਵਾਲਾ ਜਿਹੜਾ ਸੀ ਰੋਲਾ ਬੀਬੀਆਂ ਦਾ ਉਹਦੇ ਚ ਸੀਗਾ ਵੀ 7 7.5 ਲੱਖ ਲੇਡੀਜ਼ ਵੋਟਰ ਹੈ ਜੀ ਦਿਲੰਦਰ ਹਲਕੇ ਚ 776000 ਸਮਥਿੰਗ ਉਹ ਸਾਰੇ ਦੇ ਵਿੱਚ ਇਸ ਕਰਕੇ ਗੁੱਸਾ ਆਪਾਂ ਜੋ ਪ੍ਰਚਾਰ ਵਿਰੋਧੀਆਂ ਨੇ ਕੀਤਾ ਵੀ ਦੇਖੋ ਜੀ 1000 ਰੁਪਿਆ ਨਹੀਂ ਮਿਲਿਆ ਤੇ ਬੀਬੀਆਂ ਨੇ ਖਿਲਾਫ ਭੁਗਤਣਾ ਪਰ ਉਹਨਾਂ ਨੇ ਇੱਕ ਵਾਰ ਫਿਰ ਉਹਨਾਂ ਤੇ ਭਰੋਸਾ ਜਤਾਇਆ ਵੀ ਹੋ ਸਕਦਾ 4 ਸਾਲ ਪਏ ਆ ਸ਼ਾਇਦ ਪਿਛਲਾ ਵੀ ਪਾ ਕੇ ਵਿਆਜ ਦੇ ਦੇਣ ਸਾਨੂੰ 1 ਸਾਲ ਦਾ ਜਿਹੜਾ ਸਵਾ ਸਾਲ ਦਾ ਤੇ ਅਗਲੇ 4 ਸਾਲ ਮਿਲਦੇ ਰਹਿਣ ਸੋ ਉਸ ਭਰੋਸੇ ਨੂੰ ਵੀ ਇਹਨਾਂ ਨੇ ਜਾਂ ਇਹਨਾਂ ਨੂੰ ਕਹੋ ਪੇ ਉਹ ਇਹ ਗੱਲ ਪਹੁੰਚਾਣ ਤੱਕ ਕਾਮਯਾਬ ਰਹੇ ਵੀ ਤੁਸੀਂ ਹਲਦੀ ਘੜੀ ਸਾਨੂੰ ਦਿਤਾ ਦਿਓ ਜਿੱਥੇ ਸੋ ਸਟੇਟ ਵਿੱਚ ਅਸੀਂ ਹੈਗੇ ਆ ਲੋਕ ਸਭਾ ਦੇ ਬੰਦਾ ਜਾਊਗਾ ਤੁਹਾਡਾ ਤੇ ਦੋਨਾਂ ਦਾ ਕੰਮ ਕਰਕੇ ਹਜ਼ਾਰ ਕੇ ਤੁਹਾਨੂੰ 1200 ਵੀ ਦੇ ਦਾਂਗੇ ਵਾਅਦਾ ਕਰਨਾ ਕਿੜਾ ਕੋਈ ਇੰਪਲੀਮੈਂਟ ਕਰਨ ਵਾਲੀ ਗੱਲ ਤੋਂ ਬਾਤ ਹੀ ਆ ਜੀ ਸੋ ਅਖੀਰ ਦੇ ਵਿੱਚ ਐਨ ਆਰ ਆਈ ਸਿਚੁਏਸ਼ਨ ਹੁਣ ਕਾਫੀ ਲੋਕ ਪੰਜਾਬ ਤੋਂ ਖਾਸ ਤੌਰ ਤੇ ਜਿਹੜਾ ਨੌਜਵਾਨ ਵਰਗਾ ਹੋ ਨਿਕਲ ਰਿਹਾ ਜੀ ਮੈਂ ਸੁਣ ਰਿਹਾ ਕਿ ਪੁਲਾਤ ਸਦਾ ਕਪੂਰਥਲੇ ਹੋਰ ਇਸ ਇਲਾਕੇ ਦੇ ਵਿੱਚ ਤਾਂ ਤਕਰੀਬਨ ਤਕਰੀਬਨ ਪੰਜਾਬ ਦਾ ਹਿੱਸਾ ਨੌਜਵਾਨਾਂ ਤੋਂ ਖਾਲੀ ਹੋ ਗਿਆ ਜੀ ਬਿਲਕੁਲ ਅਨ ਬਾਕੀ ਵੀ ਪੰਜਾਬ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਮੋਗੇ ਦਾ ਇਲਾਕਾ ਜਿਹੜਾ ਉਹ ਬਹੁਤ ਖਾਲੀ ਹੋ ਰਿਹਾ ਸੋ ਕੀ ਇੰਪੈਕਟ ਪੈ ਰਿਹਾ ਪੰਜਾਬ ਤੇ ਇਸ ਦਾ ਦੇਖੋ ਜੀ ਸਾਰਾ ਹੀ ਨੌਜਵਾਨ ਵਰਗ ਐਸ ਵੇਲੇ ਜਦੋਂ ਪਲੱਸ 2 ਦੇ ਵਿੱਚ ਦਾਖਲ ਹੋ ਜਾਂਦਾ ਨਾ ਇੱਕ ਸਾਲ ਫਿਰ ਉਹਦੇ ਦਿਮਾਗ 'ਚ ਇਹ ਘੁੰਮਦਾ ਕਿ ਮੈਂ ਕੈਨੇਡਾ ਜਾਣਾ ਉਸ ਗੱਲ ਨੂੰ ਲੈ ਕੇ ਤੁਸੀਂ ਦੇਖੋ ਪੇ ਕਾਲਜ ਵੀ ਜਿੰਦਰੇ ਲੱਗ ਗਾਇਆ ਹਮ ਮੈਕਸਿਮਮ ਕਾਲਜਾਂ ਨੂੰ ਜਿੰਦਰੇ ਲੱਗ ਗਾਇਆ ਕਿਉਂਕਿ ਪਲੱਸ 2 ਤੋਂ ਬਾਅਦ ਪੜਾਈ ਕਰਦਾ ਹੀ ਕੋਈ ਨਹੀਂ ਬਚਾ ਉਹ ਪਰਦਾ ਜੇ ਕੋ ਕਰਦਾ ਵੀ ਇਹਦਾ ਟਾਵਾ ਟਾਵਾ ਹੈ ਤੇ ਉਹਦੇ ਵਿੱਚ ਦਿਮਾਗ ਇੱਕੋ ਹੀ ਹੁੰਦਾ ਵੀ ਮੈਂ ਪਲੱਸ 2 ਕੀਤੀ ਹਾਈਲਰਟਸ ਕੀਤੀ ਲੀਗਲ ਵੇ ਤੇ ਇਹੀ ਆ ਅਗਲੀ ਗੱਲ ਉਹਨਾਂ ਦੇ ਮਾਪਿਆਂ ਦੇ ਵਿੱਚ ਵੀ ਬਹੁਤ ਇਹ ਡਰ ਰਿਹਾ ਹੈ دہشت ਆ ਵੀ ਜੋ ਮਾਹੌਲ ਬਣਦਾ ਜਾ ਰਿਹਾ ਚਾਹੇ ਉਹ ਕੱਲੇ ਪੰਜਾਬ ਦਾ ਲੈ ਲਈਏ ਚਾਹੇ ਇੰਡੀਆ ਦਾ ਲੈ ਲਈਏ ਵੀ ਇੱਥੇ ਸਾਡੇ ਬੱਚੇ ਸੁਰੱਖਿਅਤ ਹੈ ਨਹੀਂ ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਸੀਗਾ ਵੀ ਜਿਹੜੇ ਵੱਡੇ ਵੱਡੇ ਅਫਸਰ ਆ ਜਾਂ ਲੀਡਰ ਆ ਜਿਨ੍ਹਾਂ ਕੋਲ ਸਰਦਾ ਪੁੱਜਦਾ ਕੰਮ ਆ ਉਹਨਾਂ ਨੇ ਵੀ ਦੇਖਿਆ ਵੀ ਸਾਡੀ ਜਿਹੜੀ ਰਿਟਾਇਰਮੈਂਟ ਆ ਐਨੇ ਸਾਲ ਤੱਕ ਹੈਗੀ ਆ ਉਹਨਾਂ ਨੇ ਇੱਕਦਮ ਇਨਵੈਸਟਮੈਂਟ ਇੱਧਰ ਕਰਨੀ ਸ਼ੁਰੂ ਕਰਤੀ ਸੀ ਆ ਪਿੱਛੇ ਜੋ ਹਾਂ ਅਸੀਂ ਸੁਣ ਰਹੇ ਹਾਂ ਪਿੱਛੇ ਜੋ ਪਾਬੰਦੀ ਵੀ ਲਾਤੀ ਸੀਗੀ ਕੈਨੇਡਾ ਸਰਕਾਰ ਨੇ ਵੀ ਵਿਟਾਊਟ ਪੀਆਰ ਕੋਈ ਇੱਥੇ ਖਰੀਦ ਨਹੀਂ ਸਕਦਾ ਪਹਿਲਾਂ ਹੈ ਨਹੀਂ ਸੀ ਹੁਣ ਫਿਰ ਚੱਕਤੀ ਫਿਰ ਚੱਕਤੀ ਉਹ ਉਹ ਉਸ ਦੇ ਵਿੱਚ ਵੀ ਆਪੇ ਅਸੀਂ ਜਦੋਂ ਚਾਹੇ ਜਾਂ ਰਿਟਾਇਰਮੈਂਟ ਹੋ ਗਈ ਹੈ ਤਾਂ ਬੁਰੀਆ ਬਿਸਤਰਾ ਸਮਿਟੀ ਹੈ ਤੇ ਆਪਾਂ ਰੂਟ ਆਊਟ ਇੱਥੇ ਫਿਊਚਰ ਬੈਟਰ ਹੈ ਹਰ ਚੀਜ਼ ਦੀ ਸਹੂਲਤ ਹੈ ਆਉਣ ਵਾਲੇ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਕੱਲ੍ਹ ਵਾਸਤੇ ਮੇਰਾ ਜੜਾ ਆ ਉਹ ਮੇਰਾ ਬਹੁਤ ਉਜਵਲ ਭਵਿੱਖ ਹੈ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਮੌਜੂਦਾ ਸਰਕਾਰ ਦੀ ਗੱਲ ਕਰਾਂ ਤਾਂ 2000 ਜਦੋਂ 22 ਚ ਬਣੀ ਸਰਕਾਰ ਤੇ ਭਗਵੰਤ ਮਾਨ ਹੋਣੀ ਖੁਦ ਰੈਲੀਆਂ ਦੇ ਵਿੱਚ ਕਹਿ ਰਹੇ ਸੀਗੇ ਕਿ ਆਹ ਜਿਹੜੇ ਬੋਰਡ ਬੜ ਲੱਗੇ ਆ ਨਾ ਜਿੰਨੇ ਆਓ ਕੈਨੇਡਾ ਚਲੀਏ ਆਓ ਆਸਟ੍ਰੇਲੀਆ ਚਲੀਏ ਆਓ ਨਿਊਜ਼ੀਲੈਂਡ ਚਲੀਏ ਇਹ ਕਹਿੰਦਾ ਮੈਂ ਵਾਪਸ ਲਿਆਉਣੇ ਆ ਪਰ ਜੇ ਹੁਣ 14 ਮਹੀਨੇ ਦੀ ਆਪਾਂ ਉਹਦੀ ਅੰਕੜੇ ਦੇਖੀਏ ਤੈਨੂੰ ਲੱਗਦਾ ਵੀ ਵਾਪਸ ਤੇ ਇੱਕ ਅਦਾ ਬੰਦਾ ਕਿਤੇ ਆਇਆ ਹੋਊਗਾ ਵੀ ਇਹਨਾਂ ਦੇ ਪ੍ਰਚਾਰ ਕਰਕੇ ਜ਼ਿਆਦਾ ਪ੍ਰਚਾਰ ਕਰਤਾ ਜਾਣ ਵਾਲੇ ਦੀ ਗਿਣਤੀ ਅੰਕੜੇ ਇਹਨਾਂ ਨੂੰ ਹਜੇ ਵੀ ਨਹੀਂ ਪਤਾ ਤੁਸੀਂ ਦੇਖ ਲਓ ਜਿੰਨੇ ਵੀ ਆਇਲੈਸ ਹਾਈਲਾਈਟਸ ਜਿਹੜੇ ਐਗਜ਼ਾਮੀਨੇਸ਼ਨ ਸੈਂਟਰ ਆ ਰਸ਼ ਇੰਨਾ ਕੁ ਹੁੰਦਾ ਨਾ ਉਥੇ ਸ਼ਨੀਵਾਰ ਔਰ ਐਤਵਾਰ ਨੂੰ ਤੁਸੀਂ ਆਏ ਸੋਚਦੇ ਵੀ ਜਿੱਦਾਂ ਪਤਾ ਨਹੀਂ ਮੁੰਡਾ ਕੋ ਰਹਿਣਾ ਹੀ ਨਹੀਂ ਇੱਥੇ ਹਾਲਾਂਕਿ ਉਹਦੇ ਵਿੱਚ ਨਿਕਲਣਾ ਪਾਵਾ ਜਿੰਨੇ ਵੀ ਨਿਕਲ ਸਕਦੇ ਆ ਪਾਸ ਪਰਸੈਂਟੇਜ ਥੋੜੀ ਹੁੰਦੀ ਆ ਪਰ ਉਹਦੇ ਨਾਲ ਇਕਨੋਮੀ ਦੇਖੋ ਕਿੰਨੀ ਜਾਂਦੀ ਆ ਪਰ ਹੈਡ ਜੇ ਆਪਾਂ ਉਹਦਾ ਖਰਚਾ ਲਈਏ ਕੱਲੇ ਹਾਈਲਾਈਟਸ ਪੇਪਰ ਦਾ ਉਸ ਤੋਂ ਬਾਅਦ ਉਹਦੇ ਜਾਣ ਦਾ ਕਾਲਜ ਫੀਸ ਜੀਪੀਏ ਜਿੰਨਾ ਮਰਜ਼ੀ ਲਾ ਕੇ ਦੇਖੀਓ ਇਕਨੋਮੀ ਨੂੰ ਤਾਂ ਫਰਕ ਪੈਂਦਾ ਨਾ ਪੈਸਾ ਤਾਂ ਸਾਰਾ ਆ ਰਿਹਾ ਪਰ ਉਹਨਾਂ ਨੂੰ ਫਿਊਚਰ ਨਹੀਂ ਦਿਖਦਾ ਕੁਝ ਉੱਥੇ ਉਸ ਫਿਊਚਰ ਦੇ ਡਰੋਂ ਨਾ ਸਰਕਾਰਾਂ ਦੀ ਕੋਈ ਇਹੋ ਜਿਹੀ ਪਲੈਨਿੰਗ ਹੈਗੀ ਪਈ ਅਸੀਂ ਕੋਈ ਨਵਾਂ ਰੋਜ਼ਗਾਰ ਕ੍ਰੀਏਟ ਕਰੀਏ ਨਵੀਂ ਇੰਡਸਟਰੀ ਲਈਏ ਇੰਡਸਟਰੀ ਤਾਂ ਕੋਈ ਮਿਲਦਾ 5-7 ਸਾਲ ਹੋ ਗਏ ਕੋਈ ਨਹੀਂ ਆਈ ਦੁਆਬੇ ਦੇ ਇਲਾਕੇ ਤੇ ਜਲਾਸਰ ਪਿਆ ਪਹਿਲਾਂ ਸਟਾਰਟਿੰਗ ਹੀ ਦੁਆਬਾ ਸੀਗਾ ਜੀ ਹੂੰ ਜਿੰਨਾ ਐਨ ਆਰ ਆਈ ਵਰਗ ਚੜਾਇਆ ਉਹ ਟੋਟਲ ਸਟਾਰਟਿੰਗ ਦੁਆਬੇ ਤੋਂ ਹੀ ਆ ਉਸ ਤੋਂ ਬਾਅਦ ਮਾਲਵਾ ਹੁਣ ਮਾਲਵਾ ਤਕਰੀਬਨ ਖਾਲੀ ਹੋ ਰਿਹਾ ਜੀ ਹਮ ਹਮ ਮਾਲਵੇ ਦੇ ਵਿੱਚ ਇੰਨਾ ਕਾ ਹੈਗਾ ਤੁਸੀਂ ਵੀ ਆ ਜਿਗਰ ਤੁਸੀਂ ਵੀ ਕੀਤਾ ਜੀ ਫੇ ਮੋਗੇ ਦੇ ਇਲਾਕੇ ਤੋਂ ਮੋਗਾ ਮੁਕਸਰ ਫਰੀਦਕੋਟ ਮਠੰਡਾ ਬਹੁਤ ਜ਼ਿਆਦਾ ਉਧਰੋਂ ਮੁੰਡਿਆਂ ਦੀ ਹਿਜਰਤ ਆਪਾਂ ਕਹਿ ਦਈਏ ਨਾ ਹਿਜਰਤ ਸ਼ਬਦ ਹੁੰਦਾ ਜੀ ਉਹ ਹਿਜਰਤ ਵਾਲਾ ਕੰਮ ਹੈ ਜੀ ਉਸ ਤੋਂ ਬਾਅਦ ਮਾਝੇ ਵਾਲੇ ਵੀ ਚੱਲ ਪਏ ਜੀ ਹੁਣ ਇਹ ਨਹੀਂ ਵੀ ਮਾਝਾ ਪਿੱਛੇ ਰਹਿ ਗਿਆ ਮਾਝੇ ਵਾਲੇ ਮੁੰਡੇ ਵੀ ਕੁੜੀਆਂ ਮੁੰਡੇ ਬਹੁਤ ਆ ਰਹੇ ਹਮ ਹਮ ਸੋ ਪੁਲਾਥ ਦੇ ਇਲਾਕੇ ਜਿਆਦਾ ਬਿਲਕੁਲ ਪੁਲਾਥਾ ਔਰ ਬੇਗੋਵਾਲ ਇਲਾਕਾ ਇੱਕ ਇਹੋ ਜਿਹਾ ਮੰਨਿਆ ਜਾ ਰਿਹਾ ਵੀ ਜਿਹਦੇ ਮੈਕਸੀਮਮ ਬੰਦੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਜਿਆਦਾ ਆ ਤੇ ਕੈਨੇਡਾ ਦੇ ਵਿੱਚ ਵੀ ਹੈਗੇ ਆ ਪਰ ਉਥੇ ਆਮ ਕਹਾਵਤ ਕਹੀ ਜਾ ਰਹੀ ਪਈ ਉਥੇ ਕੋਠੀਆਂ ਖਾਲੀ ਪਈਆਂ ਤੇ ਜਿਹੜੇ ਪ੍ਰਵਾਸੀ ਕੰਮੇ ਕੰਮੇ ਆ ਜਿਹੜੇ ਬਿਹਾਰ ਜੁਪੀ ਵਾਲੇ ਉਹ ਸਾਹਮਣੇ ਬੈਠੇ ਆ ਤੇ ਉਹ ਆਪਣਾ ਕਬਜਾ ਹੌਲੀ ਹੌਲੀ ਜਮਾਈ ਜਾ ਰਿਹਾ ਮੈਂ ਕਹਿੰਦਾ ਵੋਟਰਾਂ ਦੀ ਗਿਣਤੀ ਪੰਜਾਬ ਚ ਉਹਨਾਂ ਦੀ ਰਹਿ ਜਣਦੀ ਜੀ ਬਾਕੀ ਸਾਡੇ ਵਰਗੇ ਤਾਂ ਇਧਰ ਹੀ ਆ ਜਾਣੇ ਆ ਜੀ ਸਰ ਅਰਵਤਾਰ ਸਿੰਘ ਸ਼ੇਰਗਿੱਲ ਜੀ ਬਹੁਤ ਮਿਹਰਬਾਨੀ ਆਪਣਾ ਨਜ਼ਰੀਆ ਦੱਸਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ